खबर शामिल करते हैं यूनान के जजीरे मिकोनोस से, जहां पर हकीम असर महमूद करवाएंगे मुख्तलिफ इलाकों की सैर। देखिए ये रिपोर्ट। जी अस्सलाम वालेकुम जी वीर जी, ऐ शिप के उत्ते असी एंटर हो गए हैं ते हुण साडा शिप थोड़े मिनटां तक रफीने समुंदर के किनारे तो मिकोनोस की तरफ रवाना हो रहा है। ਇਹ ਜਨਾਬ ਤੁਹਾਨੂੰ ਭਰਾਵਾਂ ਨੂੰ ਸਾਰਾ ਰਫੀਨੇ ਦਾ ਏਰੀਆ ਦਿਖਾਉਂਦੇ ਹਾਂ, ਤੁਹਾਡੇ ਭਰਾਵਾਂ ਨਾਲ ਵੀਡੀਓ ਬਣਾ ਕੇ ਇਸ ਤੋਂ ਸ਼ੇਅਰ ਕਰਦੇ ਹਾਂ ਕਿ ਜਿੱਥੇ ਕੋਈ ਮੇਰਾ ਦੋਸਤ ਭਰਾ ਮੌਜੂਦ ਆ ਉੱਥੇ ਬੈਠਾ ਹੀ ਇੰਜੋਏ ਕਰ ਸਕੇ। ਵੀਡੀਓ ਬਣਾਉਣ ਦਾ ਮਕਸਦ ਹੈਗਾ ਕਿ ਜਿੱਥੇ ਵੀ ਮੇਰਾ ਕੋਈ ਭਰਾ ਦੋਸਤ ਮੌਜੂਦ ਆ ਉੱਥੇ ਬੈਠਾ ਵੀਡੀਓ ਨੂੰ ਇੰਜੋਏ ਕਰੇ, ਅਤੇ ਜਦੋਂ ਤੁਸੀਂ ਇੰਜੋਏ ਕਰੋਗੇ ਜੇ ਉਸ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰੋਗੇ ਤਾਂ ਹੋਰ ਵੀ ਭਰਾਵਾਂ ਤੱਕ ਵੀਡੀਓ ਜ਼ਿਆਦਾ ਤੋਂ ਜ਼ਿਆਦਾ ਜਾਏਗੀ ਔਰ ਵੀਡੀਓ ਨੂੰ ਜ਼ਿਆਦਾ ਦੋਸਤ ਭਰਾ ਇੰਜੋਏ ਕਰ ਸਕਣਗੇ। ਅਸੀਂ ਤਾਂ ਇੱਥੇ ਦਾ ਨਜ਼ਾਰਾ ਇੱਥੇ ਦਾ ਮਾਹੌਲ ਇੰਜੋਏ ਕਰਨ ਵਾਸਤੇ ਆਏ ਹਾਂ, ਸੈਰੋ ਤਫਰੀਹ ਭਰਾਵਾਂ ਨਾਲ ਵੀਡੀਓ ਬਣਾ ਕੇ ਸ਼ੇਅਰ ਕਰਨੀ, ਕਿਉਂਕਿ ਕਰਦੇ ਇਸ ਤੋਂ ਵੀਡੀਓ ਬਣਾ ਕੇ ਕਿ ਭਰਾਵਾਂ ਨਾਲ ਇੰਟਰਟੇਨਮੈਂਟ ਹੋ ਜਾਏ। ਇਹ ਜਨਾਬ ਰਫੀਨਾ ਹੈ, ਸਮੁੰਦਰ ਦਾ ਏਰੀਆ ਹੈ। ਇੱਥੋਂ ਹੁਣ ਜਨਾਬ ਸ਼ਿਪ ਸਾਡਾ ਮਿਕੋਨੋਸ ਨੂੰ ਜਾ ਰਿਹਾ ਹੈ, ਅਸੀਂ ਜਿੱਦਾਂ ਜਿੱਦਾਂ ਜਾਵਾਂਗੇ ਉੱਦਾਂ ਉੱਦਾਂ ਭਰਾਵਾਂ ਨਾਲ ਵੀਡੀਓ ਬਣਾ ਕੇ ਸ਼ੇਅਰ ਕਰਦੇ ਰਹਾਂਗੇ। ਅਤੇ ਦੁਆਵਾਂ 'ਚ ਯਾਦ ਰੱਖਣਾ, ਕਿਉਂਕਿ ਦੁਆਵਾਂ ਦੇ ਤਲਬਗਾਰ ਹਾਂ, ਬਾਕੀ ਰੱਬ ਦੀ ਜ਼ਾਤ ਦਾ ਦਿੱਤਾ ਹੋਇਆ ਬਹੁਤ ਕੁਝ ਆ। ਬਸ ਹਮੇਸ਼ਾ ਦੁਆਵਾਂ 'ਚ ਯਾਦ ਰੱਖਣਾ, ਅੱਲਾ ਦੀ ਜ਼ਾਤ ਪਾਕ ਸਭ ਦੀ ਖੈਰ ਕਰੇ ਅਤੇ ਸਭ ਨੂੰ ਆਪਣੇ ਹਿਫਜ਼ੋ ਇਮਾਨ 'ਚ ਰੱਖੇ। ਇਹ ਸਾਡੇ ਟੂਰ ਯਾਦਗਾਰ ਟੂਰ ਹੋਵੇ ਦੋਸਤਾਂ ਵਾਸਤੇ। ਜਿੱਦਾਂ ਜਿੱਦਾਂ ਅਸੀਂ ਜਾਵਾਂਗੇ ਉੱਦਾਂ ਉੱਦਾਂ ਭਰਾਵਾਂ ਨਾਲ ਵੀਡੀਓ ਬਣਾ ਕੇ ਸ਼ੇਅਰ ਜ਼ਰੂਰ ਕਰਾਂਗੇ। ਜੀ ਵੀਰ ਜੀ, ਮੌਜੂਦ ਹੈ ਇਸ ਟਾਈਮ ਮਿਕੋਨੋਸ ਦਾ ਜਨਾਬ ਸ਼ਿਪ, ਇਹਨੂੰ ਤਸੱਲੀ ਨਾਲ ਦੇਖ ਲਓ ਤਾਂ 7 ਮੰਜ਼ਲਾਂ ਇਹਦੀਆਂ। ਥੱਲੇ ਵਾਲੀ ਮੰਜ਼ਲ ਦੇ ਵਿੱਚ ਇਹਦੇ ਗੱਡੀਆਂ, ਟਰਾਲੇ, ਕਾਰਾਂ, ਮੋਟਰਸਾਈਕਲ ਹਰ ਚੀਜ਼ ਮੌਜੂਦ ਹੁੰਦੀ ਹੈ। ਉਤਲੀ ਮੰਜ਼ਲ ਦੇ ਵਿੱਚ ਤਾਂ ਤੋਂ ਤਾਂ ਫਿਰ ਦੋਸਤ ਹੀ ਦੋਸਤ ਹੁੰਦੇ ਨੇ, ਆਵਾਮ ਹੀ ਆਵਾਮ ਹੁੰਦੀ, ਆਦਮ ਹੀ ਆਦਮ। ਗੱਲ ਇੱਕ ਵੀਡੀਓ ਬਣਾ ਕੇ ਭਰਾਵਾਂ ਨਾਲ ਇਸ ਤੋਂ ਸ਼ੇਅਰ ਕੀਤੀਆਂ ਜਾਂਦੀਆਂ ਕਿ ਭਰਾ ਹਰ ਚੀਜ਼ ਹਰ ਬੰਦਾ ਜਾ ਕੇ ਨਹੀਂ ਦੇਖਦਾ, ਲੇਕਿਨ ਇੱਕ ਦੇਖਦਾ ਤਾਂ ਦੂਸਰਿਆਂ ਨਾਲ ਵੀਡੀਓ ਬਣਾ ਕੇ ਸ਼ੇਅਰ ਕਰਦਾ ਅਤੇ ਦੂਸਰਾ ਬੰਦਾ ਵੀ ਉਹਨੂੰ ਇੰਜੋਏ ਕਰਦਾ। ਅਤੇ ਇਹ ਮੁਕੰਮਲ ਵੀਡੀਓ ਦੇਖਣ ਵਾਸਤੇ ਸਵੇਰਾ ਯੂਟਿਊਬ ਚੈਨਲ ਨੂੰ ਤੁਸੀਂ ਜਦੋਂ ਸਰਚ ਕਰੋਗੇ ਉਹਦੇ 'ਤੇ ਤੁਹਾਨੂੰ ਸਾਡੀਆਂ ਬੇਸ਼ੁਮਾਰ ਵੀਡੀਓ ਆਉਣਗੀਆਂ। ਇਹ ਜਨਾਬ ਖੂਬਸੂਰਤ ਜਿਹਾ ਇਲਾਕਾ, ਖੂਬਸੂਰਤ ਜਿਹਾ ਜ਼ੀਰਾ, ਆਹ ਛੋਟੀ ਜਿਹੀ ਬੋਰਡ ਹੈ, ਇਹਦੇ ਵਿੱਚ ਸਵਾਰੀਆਂ ਬਹਿ ਗਈਆਂ ਨੇ, ਜਾ ਰਹੀ ਹੈ। ਇਹ ਮਿਕੋਨੋਸ ਆ, ਅੱਲਾ ਰੱਖੀ ਖੈਰ ਨੈਕਸਟ ਵੀਡੀਓ ਜਿਹੜੀ ਹੋਏਗੀ ਉਹਦੇ ਵਿੱਚ ਦਿਨ ਦੇ ਟਾਈਮ ਤੁਹਾਨੂੰ ਪੂਰਾ ਇੱਥੇ ਦਾ ਵਿਊ ਦਿਖਾਇਆ ਜਾਏਗਾ। ਹੁਣ ਥੋੜ੍ਹਾ ਜਿਹਾ ਹਨੇਰੇ ਦਾ ਟਾਈਮ ਆ, ਹੁਣ ਪਹੁੰਚੇ ਹਾਂ, ਅਤੇ ਮੈਂ ਕਿਹਾ ਭਰਾਵਾਂ ਨਾਲ ਵੀਡੀਓ ਬਣਾ ਕੇ ਸ਼ੇਅਰ ਕੀਤੀ ਜਾਵੇ। ਸਾਰੀਆਂ ਸਾਡੀਆਂ ਵੀਡੀਓ ਦੇਖਣ ਵਾਸਤੇ ਸਵੇਰਾ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸ਼ੇਅਰ ਕਰੋ, ਅੱਛੇ ਅੱਛੇ ਕਮੈਂਟ ਕਰੋ। ਅੱਲਾਹ ਪਾਕ ਤੁਹਾਡੀ ਖੈਰ ਕਰੇ, ਤੁਹਾਨੂੰ ਸਭ ਨੂੰ ਆਪਣੇ ਹਿੱਸੋ ਇਮਾਨ 'ਚ ਰੱਖੇ, ਅੱਲਾਹ ਕਰੇ। ਜਿੰਨਾ ਸ਼ਿਪ ਪਾਣੀ ਦੇ ਬਾਹਰ ਹੁੰਦਾ ਨਾ ਅਤੇ ਓਨਾ ਹੀ ਸ਼ਿਪ ਪਾਣੀ ਦੇ ਵਿੱਚ ਹੁੰਦਾ ਹੈ। ਇਹ ਜਨਾਬ ਹੁਣ ਇੱਕ ਸਾਈਡ ਤੋਂ ਹੋ ਕੇ ਵੱਖੀ ਭਾਰ ਤੁਹਾਨੂੰ ਇਹ ਮੁਕੰਮਲ ਦਿਖਾਉਂਦੇ ਹਾਂ, ਮੁਕੰਮਲ ਦਿਖਾਉਂਦੇ ਹਾਂ ਜਨਾਬ ਇੱਕ ਸਾਈਡ ਦੇ ਉੱਤੋਂ ਹੋ ਕੇ ਨਾ। ਅਤੇ ਇਹ ਜਨਾਬ ਇਹ ਸ਼ਿਪ ਆ ਜਨਾਬ ਜੀ। ਅਸਲਾਮ ਵਾਲੇਕੁਮ ਜੀ ਵੀਰ ਜੀ, ਇਸ ਟਾਈਮ ਮੈਂ ਮੌਜੂਦ ਹਾਂ ਮਿਕੋਨੋਸ ਜਜ਼ੀਰੇ 'ਤੇ। ਤਾਂ ਇਹ ਜਨਾਬ ਸ਼ਿਪ ਆ, ਇਹਦੀਆਂ ਮੈਕਸੀਮਮ 7 ਮੰਜ਼ਲਾਂ ਜਿਹੜੀਆਂ ਪਾਣੀ ਤੋਂ ਬਾਹਰ, 7 ਮੰਜ਼ਲਾਂ ਪਾਣੀ ਤੋਂ ਬਾਹਰ ਆ, ਬਾਕੀ ਇੰਨਾ ਕੁ ਪਾਣੀ ਦੇ ਵਿੱਚ ਵੀ ਹੋਏਗਾ।
ਕਿਉਂਕਿ ਜਿੰਨਾ ਸ਼ਿਪ ਬਾਖਬਰ ਰਹੀਏ ਹਰ ਜਗ੍ਹਾ ਹਰ ਵਕਤ ਪਰ ਵਕਤ ਅਭੀ ਸਵੇਰਾ ਨਿਊਜ਼ ਕਾ ਯੂਟਿਊਬ ਚੈਨਲ ਸਬਸਕ੍ਰਾਈਬ ਕਰੇ ਔਰ ਬੈਲ ਆਈਕੋਨ ਪਰ ਕਲਿੱਕ ਕਰੇ ਔਰ ਜਾਣੀਏ ਮੁਲਕੀ ਔਰ ਗੈਰ ਮੁਲਕੀ ਹਾਲਾਤ ਵਾਕਿਆਤ ਯਕੀਨ ਕੇ ਸਾਥ।